ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਜਿਸ ਦੀ ਆਰੰਭਤਾ ਨਨਕਾਣਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਹੋਵੇਗੀ। ਇਹ ਨਗਰ ਕੀਰਤਨ 3 ਅਗਸਤ 2019 ਨੂੰ ਬਟਾਲਾ 'ਚ ਪਹੁੰਚੇਗਾ, ਪਰ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਹੈ ਉਸ ਸੜਕ ਦੀ ਨਰਕ ਵਰਗੀ ਹਾਲਤ ਨੂੰ ਦੇਖ ਕੇ ਸੰਗਤਾਂ 'ਚ ਬਹੁਤ ਹੀ ਨਾਰਾਜ਼ਗੀ ਹੈ। ਵਿਦੇਸ਼ਾਂ ਤੋਂ ਸੰਗਤ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੇਗੀ, ਪਰ ਸੜਕਾਂ ਦੇ ਵੱਡੇ ਵੱਡੇ ਟੋਏ ਤੇ ਕਿਨਾਰਿਆਂ ਤੇ ਲੱਗੇ ਗੰਦਗੀ ਦੇ ਢੇਰ ਇਹ ਸਾਬਤ ਕਰ ਦੇਣਗੇ ਕਿ ਸਰਕਾਰਾਂ ਦੇ ਦਾਅਵੇ ਕਿੰਨੇ ਖੋਖਲੇ ਨੇ। ਸੰਗਤਾਂ ਇਸ ਨੂੰ ਨਗਰ ਕੀਰਤਨ ਦਾ ਅਪਮਾਨ ਮੰਨ ਰਹੀਆਂ ਹਨ ਤੇ ਨਾਲ ਦੀ ਨਾਲ ਚੇਤਾਵਨੀ ਭਰੇ ਲਹਿਜੇ ਵਿੱਚ ਪ੍ਰਸ਼ਾਸਨ ਨੂੰ ਪਾਣੀ ਪੀ ਪੀ ਕੇ ਕਿਵੇਂ ਕੋਸ ਰਹੀਆਂ ਨੇ। ਵੇਖੋ NRI ਬਿਊਰੋ ਰਸ਼ਪਾਲ ਸਿੰਘ ਦੇ ਨਾਲ ਇਹ ਸਪੈਸ਼ਲ ਰਿਪੋਰਟ। 1 ਅਗਸਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਸਰੂਪ ਯਾਨੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪ ਸੋਹਣੀ ਪਾਲਕੀ ਸੁਸ਼ੋਭਿਤ ਹੋ ਕੇ 5 ਪਿਆਰਿਆਂ ਦੀ ਅਗਵਾਈ 'ਚ ਜੈਕਾਰਿਆਂ ਦੀ ਗੂੰਜ ਪਾਕਿਸਤਾਨ ਦੀ ਧਰਤੀ ਨਨਕਾਣਾ ਸਾਹਿਬ ਤੋਂ ਰਵਾਨਾ ਹੋਣਗੇ। ਬਾਰਡਰ ਪਾਰ ਕਰਨ ਤੋਂ ਬਾਅਦ ਪਹਿਲਾ ਪੜਾਅ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਵਿਸ਼ਰਾਮ ਹੋਏਗਾ ਔਰ 2 ਤਾਰੀਖ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਦੇ ਜੋ ਨਾਂ ਲੱਗਦੇ ਡੇਰਾ ਬਾਬਾ ਨਾਨਕ ਹੈ ਉਸ ਅਸਥਾਨ ਦੇ ਉੱਤੇ ਰਾਤ ਨੂੰ ਵਿਸ਼ਰਾਮ ਹੋਏਗਾ ਔਰ ਉਸ ਤੋਂ ਬਾਅਦ 3 ਤਾਰੀਖ ਨੂੰ ਸਵੇਰੇ ਜੈਕਾਰਿਆਂ ਦੀ ਗੂੰਜ ਦੇ ਵਿੱਚ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਫਿਰ ਗੁਰੂ ਨਾਨਕ ਪਾਤਸ਼ਾਹ ਰਵਾਨਾ ਹੋਣਗੇ ਜਿਹੜੇ ਬਟਾਲਾ ਦੀ ਧਰਤੀ ਤੋਂ ਹੁੰਦੇ ਹੋਏ ਇਸ ਰਸਤੇ ਤੋਂ ਇਸ ਮਾਰਗ ਤੋਂ ਬਾਠ ਸਾਹਿਬ ਜਾ ਕੇ ਵਿਸ਼ਰਾਮ ਕਰਨਗੇ ਔਰ ਉਸ ਤੋਂ ਬਾਅਦ ਜੰਮੂ ਦੇ ਲਈ ਜੰਮੂ ਕਸ਼ਮੀਰ ਦੇ ਲਈ ਰਵਾਨਾ ਹੋਣਗੇ। ਪਰ ਕੈਸੀ ਤਿਆਰੀ ਹੈ ਬਟਾਲਾ ਨਿਵਾਸੀਆਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਆਮਦ ਨੂੰ ਲੈ ਕੇ ਔਰ ਸਿੱਖ ਸੰਗਤ ਕੋਲ ਜਾਣਦੇ ਹਾਂ ਕਿ ਪ੍ਰਸ਼ਾਸਨ ਕਿੰਨਾ ਕੁ ਪੱਬਾਂ ਪਾ ਰਿਹਾ, ਕੈਸੀ ਤਿਆਰੀ ਕਰਕੇ ਬੈਠਾ ਸੰਗਤ ਦੀ, ਕੈਸੀ ਤਿਆਰੀ ਹੈ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰ੍ਹਾਂ ਤਾਂ ਨਹੀਂ ਕਿ ਵਿਹੜੇ ਆਈ ਜੰਝ ਅਤੇ ਵਿੰਨੋ ਕੁੜੀ ਦੇ ਕੰਨ ਐਸੇ ਹਾਲਾਤ ਹੋਣ। ਉੱਧਰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ 3 ਤਾਰੀਖ ਨੂੰ ਜਿਹੜੇ ਨੇ ਉਹਨਾਂ ਦੇ ਸਰੂਪ ਇੱਥੇ ਆ ਰਹੇ ਨੇ ਔਰ ਇੱਥੇ ਪਤਾ ਚੱਲ ਰਿਹਾ ਕਿ ਸੜਕਾਂ ਟੁੱਟੀਆਂ ਭੱਜੀਆਂ ਨੇ, ਐਸਾ ਕਿਹਾ ਜਾ ਰਿਹਾ। ਜੀ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਦਾ ਨਾਮ? ਕਰਤਾਰ ਸਿੰਘ ਜੀ। ਬਟਾਲਾ ਦੀ ਆਪ ਜੀ ਸਵਾਲ ਹੈ ਕਿ ਬਟਾਲਾ 'ਚ ਕੈਸੀ ਤਿਆਰੀ ਹੈ, ਸੰਗਤ ਵੱਲੋਂ ਕੈਸੀ ਤਿਆਰੀ ਅਤੇ ਪ੍ਰਸ਼ਾਸਨ ਵੱਲੋਂ ਕੈਸੀ ਤਿਆਰੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਤਾਰਕ ਗੁਰੂ ਸੱਚੇ ਪਾਤਸ਼ਾਹ ਅਤੇ ਇਹਨਾਂ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਿੱਖ ਸੰਗਤਾਂ ਸਮੇਤ ਪਾਕਿਸਤਾਨ ਦੀ ਸੰਗਤ ਮਨਾ ਰਹੀਆਂ ਨੇ, ਜਿਹਦੇ ਵਿੱਚੋਂ ਬਟਾਲਾ ਸ਼ਹਿਰ ਵਿੱਚ 3 ਤਰੀਕ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਆ ਰਹੇ ਨੇ ਪਾਲਕੀ ਉੱਤੇ ਸੁਸ਼ੋਭਿਤ ਹੋ ਕੇ। ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰ ਵਾਸਤੇ ਸੰਗਤਾਂ ਪੱਬਾਂ ਪਾਰ ਹੋਈਆਂ ਖੜੀਆਂ ਨੇ, ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ, ਹਰ ਥਾਂ 'ਤੇ ਸੰਗਤਾਂ ਲੰਗਰ ਨਾਲ, ਚਾਹ ਪਾਣੀ ਨਾਲ, ਫਲਾਂ ਨਾਲ, ਸੰਗਤ ਵੱਲੋਂ ਕੋਈ ਕਮੀ ਨਹੀਂ ਹੈ। ਮੈਂ ਗੱਲ ਕਰ ਰਿਹਾ ਜੀ ਪ੍ਰਸ਼ਾਸਨ ਦੀ ਸੜਕਾਂ ਦੀ, ਮੈਨੂੰ ਕਿਉਂਕਿ ਇਸ ਵੇਲੇ ਜੋ ਬਾਈਟ ਆ ਬਾਕੀ ਸੰਗਤਾਂ ਦੇ ਵਿਚਾਰ ਲੈਣੇ ਨੇ, ਸੋ ਬਟਾਲੇ 'ਤੇ ਪ੍ਰਸ਼ਾਸਨ ਦਾ ਕੀ ਹਾਲਾਤ ਹੈ, ਸੜਕਾਂ ਦੀ ਕੀ ਪੋਜੀਸ਼ਨ ਹੈ, ਜਿਸ ਰਸਤੇ ਤੋਂ ਸੰਗਤ ਨੇ ਗੁਜ਼ਰਨਾ? ਬੇਨਤੀ ਇਹ ਹੈ ਵੀ ਜਿਹੜੀਆਂ ਬਟਾਲੇ ਦੀਆਂ ਸੜਕਾਂ ਨੇ ਨਾ, ਇਹਨਾਂ ਦੀ ਤਕਰੀਬਨ ਪਿਛਲੇ 2-3 ਸਾਲ ਤੋਂ ਬਹੁਤ ਹੀ ਮਾੜੀ ਹਾਲਤ, ਤਰਸਯੋਗ ਹਾਲਤ ਆ। ਜੇ ਆਪਾਂ ਕਿਸੇ ਮਰੀਜ਼ ਨੂੰ ਉਹ ਫੱਟੜ ਹੋ ਗਿਆ ਉਹਨੂੰ ਮਰਮ ਪੱਟੀ ਕਰ ਸਕਦੇ ਹਾਂ ਤਾਂ ਠੀਕ ਹੋ ਸਕਦਾ, ਪਰ ਜੇ ਉਹਦੀ ਗਰਦਨ ਹੀ ਵੱਢੀ ਗਈ ਤਾਂ ਉਹ ਕਿੱਥੋਂ ਠੀਕ ਹੋਵੇਗਾ? ਇਹ ਹਾਲਤ ਸਾਡੀਆਂ ਸੜਕਾਂ ਦੀ, ਇਹਦੀ ਗਰਦਨ ਹੀ ਵੱਢੀ ਜਾ ਚੁੱਕੀ ਆ। ਕੌਣ ਜ਼ਿੰਮੇਵਾਰ ਹੈ ਜੀ? ਸਕੂਲਾਂ ਵਿੱਚ ਸਵੇਰੇ ਛੱਡਣ ਵਾਸਤੇ ਬੱਚਿਆਂ ਨੂੰ ਜਾਈਦਾ, ਇੱਕ ਟੋਆ ਬਚਾਈਦਾ ਅਤੇ 2 ਗਾੜੀ ਹੋਰ ਨੇ, ਅਤੇ ਕਈ ਥਾਂ 'ਤੇ ਐਕਸੀਡੈਂਟ ਹੁੰਦੇ, ਬੁਰੀ ਹਾਲਤ ਹੁੰਦੀ ਆ। ਬਿਲਕੁਲ, ਮੈਂ ਇਹਦਾ ਜ਼ਿੰਮੇਦਾਰ ਪੁੱਛ ਰਿਹਾ ਜੀ। ਅਸੀਂ ਹੁਣ ਚਲੋ ਇਹ ਤਾਂ ਪਤਾ ਲੱਗ ਗਿਆ ਸੜਕਾਂ ਦੀ ਮਾੜੀ ਹਾਲਤ ਹੈ, ਪਰ ਇਹਦਾ ਜ਼ਿੰਮੇਵਾਰ ਕੌਣ? ਵੇਖੋ, ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੀ ਆ। ਪ੍ਰਸ਼ਾਸਨ ਨੂੰ ਬੜੀ ਵਾਰ ਮਿਲ ਕੇ ਬੇਨਤੀਆਂ ਕੀਤੀਆਂ ਨੇ ਵੀ ਇਹ ਸੜਕਾਂ ਜਿਹੜੀਆਂ, ਇਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਪੁਰਬ ਆ ਰਿਹਾ 5 ਤਰੀਕ ਨੂੰ, ਅਤੇ ਬਿਲਕੁਲ ਮਾੜੀ ਹਾਲਤ ਇਸ ਤਰ੍ਹਾਂ ਮਹਿਸੂਸ ਹੋਣ ਡਿਆ ਜਿਸ ਤਰ੍ਹਾਂ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਬਟਾਲੇ ਵਿੱਚ ਨਹੀਂ ਹੈ ਜੀ। ਬਿਲਕੁਲ, ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਿੰਨਾ ਕੁ ਸਹਿਮਤ ਹੋ ਤੁਸੀਂ ਇਹਨਾਂ ਦੇ? ਮੈਂ ਇਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ। ਸੀਵਰੇਜ ਦਾ ਇਸ ਵੇਲੇ ਬਹੁਤ ਮਾੜਾ ਹਾਲ ਆ। SDO ਸਾਹਿਬ ਨੂੰ ਵੀ ਅਸੀਂ ਮਿਲ ਕੇ ਵੇਖ ਲਿਆ ਸੀਵਰ ਬੋਰਡ ਨੇ। ਅਸੀਂ ਸੀਵਰ ਬੋਰਡ ਦੀ ਬਾਅਦ ਦੀ ਸ਼ਹਿਰ ਦੀ ਸਮੱਸਿਆ ਸੀ ਬਾਅਦ ਦੇ ਵਿੱਚ, ਪਾਕਿਸਤਾਨ ਤੋਂ ਸੰਗਤ ਆਉਣੀ ਹੈ, ਵਿਦੇਸ਼ ਤੋਂ ਸੰਗਤ ਆਉਣੀ ਹੈ, ਦੂਰ ਦੁਰਾਡੇ ਤੋਂ ਸੰਗਤ ਆਉਣੀ ਹੈ, ਬਟਾਲਾ ਦੀ ਧਰਤੀ 'ਤੇ ਆਉਣੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਹੁਰੇ ਨੇ ਉੱਥੇ ਆਉਣੀ ਹੈ, ਔਰ ਇੱਥੋਂ ਦੀਆਂ ਟੁੱਟੀਆਂ ਸੜਕਾਂ ਦਾ ਹਾਲ ਵੇਖਣਗੇ, ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਵੇਖਣਗੇ, ਬਦਬੂ ਜਿਹੜੀ ਉਹਨਾਂ ਦੇ ਨੱਕ ਨੂੰ ਚੜੇਗੀ, ਮੱਖੀਆਂ ਉਹਨਾਂ ਦੇ ਮੂੰਹ 'ਤੇ ਆਣ ਕੇ ਬੈਠਣਗੀਆਂ, ਤਾਂ ਤੁਹਾਨੂੰ ਕੀ ਲੱਗਦਾ ਗੁਰੂ ਨਾਨਕ ਪਾਤਸ਼ਾਹ ਦੇ ਸਹੁਰਿਆਂ ਵੱਲੋਂ ਐਸਾ ਸਵਾਗਤ ਹੋਏਗਾ ਉਹਨਾਂ ਦਾ? ਇਹ ਤਾਂ ਬਹੁਤ ਮਾੜੀ ਗੱਲ ਹੈ ਜੀ। ਅਸੀਂ ਤਾਂ ਪੂਰਾ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਜਿਹੜੇ ਟੋਏ ਪਏ ਸੜਕਾਂ 'ਤੇ ਜਾਂ ਗੰਦਗੀ ਦੇ ਕੋਈ ਢੇਰ ਲੱਗੇ ਨੇ,
ਕੋਸ਼ਿਸ਼ ਕੀਤੀ ਜਾਵੇ ਕਿ ਪ੍ਰਸ਼ਾਸਨ ਨੂੰ ਕਹਿ ਕੇ ਦੋ ਤਿੰਨ ਦਿਨ ਦੇ ਵਿੱਚ ਮਸਲਾ ਕੁਝ ਹੱਲ ਕੀਤਾ ਜਾਵੇ। ਜੀ 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 ਇਹਨਾਂ ਵੱਲੋਂ ਬਿਲਕੁਲ ਪ੍ਰਸ਼ਾਸਨ ਦੇ ਭਰੋਸੇ ਨੇ। ਤੁਹਾਨੂੰ ਕੀ ਲੱਗਦਾ ਜੀ ਇਹ ਇਸ ਵੇਲੇ ਕੁੰਭਕਰਨ ਦੀ ਨੀਂਦੇ ਜਿਹੜਾ ਸੁੱਤਾ ਪ੍ਰਸ਼ਾਸਨ ਹੈ, ਇਹਨਾਂ ਦਾ CID ਡਿਪਾਰਟਮੈਂਟ ਹੈ, ਇਹਨਾਂ ਦੇ ਹੋਰ ਵੀ ਵੱਖ ਵੱਖ ਅਦਾਰੇ ਨੇ, ਉਹ ਦੱਸ ਚੁੱਕੇ ਨੇ ਇਹਨਾਂ ਨੂੰ ਕਿ 3 ਤਰੀਕ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਗਰ ਕੀਰਤਨ ਇੱਥੇ ਆ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਬਟਾਲੇ ਦੀ ਧਰਤੀ ਤੋਂ ਇਹਨਾਂ ਸੜਕਾਂ ਤੋਂ ਗੁਜਰਨਗੇ, ਤਾਂ ਇੱਥੇ ਦੀ ਹਾਲਤ ਐਡੀ ਗੰਦੀ, ਐਡੀ ਮਾੜੀ, ਇੰਨੀ ਬੁਰੀ ਹੈ, ਤੋ ਇਹ ਕਿਉਂ ਨਹੀਂ ਜਾਗ ਰਹੇ, ਕਿਉਂ ਨਹੀਂ ਦਰੁਸਤ ਕਰ ਰਹੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਪਹਿਲਾਂ ਜੋ ਨਗਰ ਕੀਰਤਨ ਨਕਾਣਾ ਸਾਹਿਬ ਤੋਂ ਚੱਲ ਕੇ ਬਟਾਲੇ ਦੀ ਧਰਤੀ ਉੱਤੇ ਆ ਰਿਹਾ ਹੈ, ਮਗਰ ਇੱਥੇ ਐਡਮਿਨਿਸਟ੍ਰੇਸ਼ਨ ਦਾ ਐਡਾ ਭੈੜਾ ਹਾਲ ਹੈ ਕਿ ਖਾਸ ਕਰਕੇ ਗਾਂਧੀ ਚੌਂਕ ਦੇ ਵਿੱਚ ਤਾਂ ਥਾਂ ਥਾਂ ਟੋਏ ਪਏ ਨੇ। ਤੁਸੀਂ ਕੋਈ ਵੀ ਸਕੂਟਰ, ਸਾਈਕਲ ਜਾਂ ਕਾਰ ਵਿੱਚ ਜਾਓ ਤਾਂ ਤੁਸੀਂ ਜਿੰਨਾ ਚਿਰ ਤੱਕ ਟੋਇਆਂ 'ਚ ਵੱਜੋ ਨਾ, ਉਨੇ ਤੱਕ ਜਿਹੜਾ ਤੁਸੀਂ ਇਹਦਾ ਸਫ਼ਰ ਨਹੀਂ ਕਰ ਸਕਦੇ। ਥਾਂ ਥਾਂ ਦੇ ਉੱਤੇ ਇਹਨਾਂ ਨੇ ਗੰਦਗੀ ਦੇ ਡੰਪ ਲਾਏ ਨੇ, ਜਿਹੜੇ ਡੰਪ ਜਿਹੜੇ ਨੇ ਉਹ ਭਰੇ ਰਹਿੰਦੇ ਨੇ, 3-3, 4-4 ਦਿਨ ਉਹਨਾਂ ਤੋਂ ਸਫਾਈ ਨਹੀਂ ਹੁੰਦੀ। ਔਰ ਇਹ ਬੜੀ ਸਾਡੀ ਮਾੜੀ ਜੋ ਹੈ ਉਹ ਕਿਸਮਤ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੋ ਨਗਰ ਕੀਰਤਨ ਆ ਰਿਹਾ ਹੈ ਉਹਨਾਂ ਵਾਸਤੇ ਅਸੀਂ ਜਿਹੜਾ ਨਾ ਉਹ ਐਡਮਿਨਿਸਟ੍ਰੇਸ਼ਨ ਕੁਛ ਵੀ ਨਹੀਂ ਕਰ ਰਹੀ। ਐਡਮਿਨਿਸਟ੍ਰੇਸ਼ਨ ਦੀ ਤਿਆਰੀ ਬਿਲਕੁਲ ਨਹੀਂ ਹੈ ਜੀ, ਤਿਆਰੀ ਬਿਲਕੁਲ ਨਹੀਂ ਕਿਹਾ ਜਾ ਰਿਹਾ, ਪਰ ਲੇਕਿਨ ਹੁਣ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਨਗਰ ਕੀਰਤਨ ਹੈ ਗੁਰੂ ਨਾਨਕ ਪਾਤਸ਼ਾਹ ਨਨਕਾਣਾ ਸਾਹਿਬ ਤੋਂ ਚੱਲ ਕੇ ਆ ਰਹੇ ਨੇ, ਹੁਣ ਹੈਰਾਨੀ ਦੀ ਗੱਲ ਹੈ ਕਿ ਸੰਗਤ ਆਪ ਉਹਨੂੰ ਸਫਾਈ ਕਰੇਗੀ ਕਿ ਨਹੀਂ ਕਰੇਗੀ, ਇਹ ਵੀ ਸਵਾਲੀਆ ਨਿਸ਼ਾਨ ਹੈ। ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਸੁੱਤਾ ਪਿਆ, ਪਰ ਬੜੀ ਦੁੱਖ ਦੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਿਵੇਂ ਹੁਣ ਇੱਥੇ ਜਿਹੜੇ ਪ੍ਰਚਾਰਕ ਸੀ ਉਹ ਵੀ ਗੱਲ ਕਰ ਰਹੇ ਸੀਗੇ ਕਿ ਕਰਮਾਂ ਵਾਲੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਨਸੀਬ ਹੋਏਗਾ ਕਿ ਇਹ ਵਾਲਾ ਜਿਹੜਾ 550ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਇਹ ਮਹਾਨ ਨਗਰ ਕੀਰਤਨ ਦੇ ਦਰਸ਼ਨ ਦੀਦਾਰੇ ਹੋਣਗੇ, ਔਰ ਜਦ 600ਵਾਂ ਜਦੋਂ ਹੋਏਗਾ ਪ੍ਰਕਾਸ਼ ਪੁਰਬ ਉਸ ਮੌਕੇ ਪਤਾ ਨਹੀਂ ਇਹਨਾਂ ਜੋ ਸਰੀਰ ਨੇ ਇਹਨਾਂ ਸਰੀਰਾਂ 'ਚੋਂ ਕਿੰਨੇ ਸਰੀਰ ਮੌਜੂਦ ਹੋਣਗੇ ਅਤੇ ਕਿੰਨੇ ਨਹੀਂ ਹੋਣਗੇ, ਔਰ ਨੌਜਵਾਨ ਪੀੜ੍ਹੀ ਜਿਹੜੀ ਆ ਉਸ ਨਗਰ ਕੀਰਤਨ ਨੂੰ ਕਿਸ ਤਰ੍ਹਾਂ ਉਹਦਾ ਇਸਤੇਮਾਲ ਕਰੇਗੀ, ਕਿਸ ਤਰ੍ਹਾਂ ਉਹਦੇ ਖੁਸ਼ਾਮਦੀਦ ਕਰੇਗੀ, ਸਵਾਗਤ ਕਰੇਗੀ। ਪਰ ਹਾਲਾਤ ਜੋ ਬਟਾਲੇ ਦੇ ਨੇ ਨਰਕ ਤੋਂ ਬੱਤਰ ਬਣੇ ਪਏ ਨੇ, ਔਰ ਬਹੁਤ ਸ਼ਰਮ ਵਾਲੀ ਗੱਲ ਹੈ। ਔਰ ਸਿੱਖ ਸੰਗਤ ਅਗਰ ਚਾਹੇ ਤਾਂ ਅਗਰ ਪ੍ਰਸ਼ਾਸਨ ਸੁੱਤਾ ਹੈ ਤਾਂ ਸੁੱਤਾ ਰਹਿਣ ਦਿਓ, ਅਗਰ ਉਹ ਨਹੀਂ ਆਖੇ ਲੱਗ ਰਿਹਾ ਤਾਂ ਨਾ ਸਹੀ, ਪਰ ਅਗਰ ਤੁਹਾਨੂੰ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਅਗਰ 50 ਸਾਲਾਂ ਦੇ ਬਾਅਦ ਨਨਕਾਣੇ ਦੀ ਧਰਤੀ ਤੋਂ ਚੱਲ ਕੇ ਬਟਾਲੇ ਦੀ ਧਰਤੀ ਤੋਂ ਹੁੰਦੇ ਹੋਏ ਅੱਗੇ ਨਿਕਲਣਗੇ, ਤਾਂ ਆਪ ਆਪਣੇ ਹੱਥੀਂ ਝਾੜੂ ਔਰ ਕਈਆਂ ਲੈ ਲਓ, ਬਾਲਟੀਆਂ ਲੈ ਲਓ ਔਰ ਟਰਾਲੀਆਂ ਲੈ ਲਓ, ਔਰ ਆਪ ਉਹ ਸਫਾਈ ਕਰ ਲਓ, ਔਰ ਇਹ ਪ੍ਰਸ਼ਾਸਨ ਦੇ ਮੂੰਹ 'ਤੇ ਇਹ ਵੀ ਇੱਕ ਕਰਾਰੀ ਚਪੇੜ ਹੋਏਗੀ ਕਿ ਜਿਹੜਾ ਕੰਮ ਤੁਸੀਂ ਨਹੀਂ ਕਰ ਰਹੇ ਉਹ ਗੁਰੂ ਨਾਨਕ ਦੇ ਸਿੱਖ ਕਰ ਰਹੇ ਨੇ, ਔਰ ਉਹਨਾਂ ਨੇ ਇਹ ਜਿਹੜੀ ਸਫਾਈ ਆ ਆਪ ਕੀਤੀ ਹੈ। ਸੋ ਉਮੀਦ ਹੈਗੀ ਹੈ ਕਿ 3 ਅਗਸਤ ਨੂੰ ਜੋ ਪ੍ਰੋਗਰਾਮ ਹੈ ਉਹ ਉਲੀਕਿਆ ਜਾ ਚੁੱਕਾ ਹੈ, ਲੇਕਿਨ ਉਸ ਵੇਲੇ ਜੋ ਹਾਲਾਤ ਨੇ ਬਟਾਲੇ ਦੇ ਉਹ ਸੜਕਾਂ ਦੇ ਬਹੁਤ ਖਸਤਾ ਨੇ, ਬੜੇ ਬੜੇ ਵੱਡੇ ਟੋਏ ਨੇ। ਅਗਰ ਪ੍ਰਸ਼ਾਸਨ ਇਸੇ ਤਰ੍ਹਾਂ ਕੁੰਭਕਰਨ ਦੀ ਨੀਂਦੇ ਸੁੱਤਾ ਰਿਹਾ, ਔਰ ਅਗਰ ਕਿਤੇ ਬਾਰਿਸ਼ ਨੇ 1-2 ਦਿਨਾਂ ਦੇ ਵਿੱਚ ਆਪਣਾ ਰੰਗ ਵਿਖਾ ਦਿੱਤਾ, ਤਾਂ ਬਿਲਕੁਲ ਜੋ 3 ਤਰੀਕ ਵਾਲਾ ਨਗਰ ਕੀਰਤਨ ਦਾ ਸਵਾਗਤ ਹੋਏਗਾ ਚਿੱਕੜ ਦੇ ਨਾਲ, ਟੋਇਆਂ ਦੇ ਨਾਲ, ਬਦਬੂ ਦੇ ਨਾਲ, ਨਰਕ ਦੇ ਨਾਲ ਹੋਏਗਾ। NRI ਮੀਡੀਆ ਦੇ ਲਈ ਰਸ਼ਪਾਲ ਸਿੰਘ ਬਟਾਲਾ।